ਅੱਜ ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਕਿ ਖਾਲਸਾ ਕਾਲਜ ਐਲੂਮਿਨਾਈ ਤੋਂ ਜਿਹਨਾਂ ਦੇ ਕਾਫੀ ਪੀੜ੍hiyan ਖਾਲਸਾ ਕਾਲਜ ਤੋਂ ਪੜ੍ਹੀਆਂ ਨੇ ਕਾਫੀ ਲੋਕ ਪਰਵਾਰ ਨੇ ਜਿਹਨਾਂ ਦੇ ਪੜ੍ਹੀਆਂ ਨੇ ਉਹ ਅੱਜ ਉੱਥੋਂ ਹਰਪ੍ਰੀਤ ਸਿੰਘ ਜੀ ਪੱਟੀ ਪੂਰੀ ਐਲੂਮਿਨਾਈ ਐਸੋਸੀਏਸ਼ਨ ਵੱਲੋਂ ਡਾਕਟਰ ਦਵਿੰਦਰ ਸਿੰਘ ਸ਼ੀਨਾ ਜੀ ਬਿਹੋਰਣਾ ਵੱਲੋਂ ਸਾਰਿਆਂ ਵੱਲੋਂ ਉਹਨਾਂ ਨੇ ਇੱਕ ਜਿਹੜਾ ਮਾਣ ਹੈ ਉਹ ਮੈਨੂੰ ਦਿੱਤਾ ਹੈ ਤੇ ਨਾਲ ਦੀ ਨਾਲ ਅਸੀਂ ਕਾਫੀ ਹੋਰ ਗੱਲਾਂ ਕੀਤੀਆਂ ਨੇ ਉਦੇ ਵਿੱਚ ਜਿਹੜੇ ਇਹਨਾਂ ਦੇ ਗ੍ਰੈਂਡ ਪੇਰੈਂਟਸ ਹੋਰ ਵੀ ਜਿਹੜੇ ਫੋਰ ਫਾਦਰਸ ਹਨ ਉਹਨਾਂ ਨੇ ਵਰਲਡ ਵਾਰ ਵਿੱਚ ਬਹੁਤ ਸਾਰੀ ਇਹਨਾਂ ਕੋ ਜਾਣਕਾਰੀ ਹੈ ਪੱਤੀ ਸਾਹਿਬ ਕੋ ਉਦੇ ਵਿੱਚ ਇਹਨਾਂ ਨੇ ਇੱਕ ਜਿਹੜੀ ਮੈਮਰੀ ਹੈ ਮੈਨੂੰ ਮਿਲੀ ਹੈ ਤੇ ਸਾਡੀ ਸਾਰੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਅੰਮ੍ਰਿਤਸਰ ਵਿਕਾਸ ਮੰਚ ਟੀਵੀ ਨਾਲ ਸਾਰੀ ਟੀਮ ਵੱਲੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਇਹ ਖਾਸ ਤੌਰ ਤੇ ਆਏ ਸਨ ਤੇ ਨਾਲ ਦੀ ਨਾਲ ਅਸੀਂ ਗੱਲ ਕੀਤੀ ਹੈ ਕਿਸ ਤਰ੍ਹਾਂ ਅਸੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਖਾਲਸਾ ਕਾਲਜ ਖਾਲਸਾ ਕਾਲਜ ਦੀ ਆਪਣੀ ਇੱਕ ਅਹਿਮੀਅਤ ਹੈ ਤੇ ਜਿਸ ਤਰ੍ਹਾਂ ਹਰਮੰਦਰ ਸਾਹਿਬ ਬਹੁਤ ਲੋਕ ਆਂਦੇ ਨੇ ਪਰ ਨਾਲ ਦੀ ਨਾਲ ਜਦੋਂ ਆਂਦੇ ਨੇ ਟੂਰਿਸਟ ਉਹ ਖਾਲਸਾ ਕਾਲਜ ਜਾਂਦੇ ਨੇ ਤੇ ਅਸੀਂ ਗੱਲ ਕੀਤੀ ਕਿ ਕਿੰਨਾ ਇੰਪੋਰਟੈਂਟ ਕੰਮ ਹੈ ਕਿ ਜਿਹੜੀਆਂ ਫਲਾਈਟਸ ਜੇ ਸ਼ੁਰੂ ਹੋਣ ਤੇ ਉਹਦੇ ਲਈ ਜਿਹੜੇ ਬਾਹਰੋਂ ਐ ਐਕਸਚੇਂਜ ਜਿਹੜੇ ਟੂਰਿਸਟ ਆਉਂਦੇ ਨੇ ਕਾਫੀ ਪ੍ਰੋਗਰਾਮਸ ਨੇ ਕਲਚਰਲ ਐਕਸਚੇਂਜ ਦੇ ਖਾਲਸਾ ਕਾਲਜ ਹੋ ਰਹੇ ਨੇ ਉਹਦੇ ਵਿੱਚ ਸਾਡੀ ਜਿਹੜੀ ਹੈ ਫਲਾਈਟ ਨੂੰ ਕਾਮਯਾਬ ਕਰਨ ਵਿੱਚ ਕਾਫੀ ਹੋਰ ਚੀਜ਼ਾਂ ਜਿਹੜੇ ਇਨੀਸ਼ੀਏਟਿਵਸ ਨੇ ਉਹ ਲੈ ਜਾ ਸਕਦੇ ਨੇ ਤੇ ਪੱਟੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਉਹਦੇ ਲਈ ਪਹੁੰਚੇ ਤੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾ ਮੈਂ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ ਸਾਡੇ ਬਹੁਤ ਸਤਿਕਾਰਯੋਗ ਖਾਲਸਾ ਕਾਲਜ ਦੇ ਪ੍ਰਾਊਡ ਅਲੂਮਨੀ ਸਰਦਾਰ ਸਮੀਪ ਸਿੰਘ ਜੀ ਗੁਮਟਾਲਾ ਤੋਂ ਔਰ ਇਹ ਇਹਨਾਂ ਦੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਚਰਨਜੀਤ ਸਿੰਘ ਜੀ ਗੁਮਟਾਲਾ ਸਾਹਿਬ ਜੋ ਖਾਲਸਾ ਕਾਲਜ ਦੇ ਅਲੂਮਨੀ ਨੇ ਔਰ ਅੰਮ੍ਰਿਤਸਰ ਵਿਕਾਸ ਮੰਚ ਦੀ ਇੱਕ ਜਾਨੀਮਾਨੀ ਸ਼ਖਸੀਅਤ ਨੇ ਔਰ ਸਰਦਾਰ ਸਮੀਪ ਸਿੰਘ ਗੁਮਟਾਲਾ ਜੀ ਦੀ ਜੇ ਗੱਲ ਕਰੀਏ ਤੇ ਇਥੋਂ ਖਾਸਾ ਕਾਲਜ ਤੋਂ ਪੜ੍ਹ ਕੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਪਰੰਤੂ ਉੱਥੇ ਰਹਿਣ ਦੇ ਬਾਵਜੂਦ ਵੀ ਆਪਣੀਆਂ ਜੜ੍ਹਾਂ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ ਔਰ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਜਿਹੜਾ ਕਾਫੀ ਸਾਲਾਂ ਤੋਂ ਇਹਨਾਂ ਨੇ ਇੱਕ ਸਾਡਾ ਇੱਕ ਬਹੁਤ ਵੱਡਾ ਕੌਜ਼ ਆ ਅਮਰitsar ਦਾ ਕਿ ਫਲਾਈ ਅਮਰitsar ਇਨੀਸ਼ੀਏਟਿਵ ਜਿਹੜਾ ਉਹ ਚਲਾ ਰਹੇ ਨੇ ਔਰ ਫਲਾਈ ਅਮਰitsar ਇਨੀਸ਼ੀਏਟਿਵ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਸਾਡੀਆਂ ਡੋਮੈਸਟਿਕ ਤੇ ਖਾਸ ਤੌਰ ਤੇ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਨੇ ਸ਼ੁਰੂ ਕਰਨ ਦੇ ਵਿੱਚ ਭਰਪੂਰ ਯੋਗਦਾਨ ਦਿੱਤਾ ਹੈ ਔਰ ਅਮਰੀਕਾ 'ਚ ਰਹਿੰਦੇ ਆ ਵੀ ਇਹੋ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਫਲਾਈਟਸ ਜਿਹੜੀਆਂ ਅੰਮ੍ਰਿਤਸਰ ਤੋਂ ਸਟਾਰਟ ਕੀਤੀਆਂ ਜਾਣ। ਔਰ ਨਾਲ ਦੀ ਨਾਲ ਇਹ ਆਪਣੇ ਜਿੰਨੇ ਵੀ ਸਾਡੇ ਖਾਲਸਾ ਕਾਲਜ ਕਿਉਂਕਿ 130 ਸਾਲ ਪੁਰਾਣਾ ਸਾਡਾ ਇਤਿਹਾਸਿਕ ਵਿਰਾਸਤ ਵਿਰਾਸਤੀ ਕਾਲਜ ਔਰ ਉਸ ਦੀ ਜਿਹੜੀ ਖੁਸ਼ਬੋ ਇਹਨਾਂ ਵਰਗੇ ਜਿਹੜੇ ਇਹਨਾਂ ਦੇ ਸਾਥੀ ਔਰ ਸਾਡੇ ਪੂਰੇ ਸੰਸਾਰ ਦੇ ਵਿੱਚ ਐਲੂਮਨਾਇ ਨੇ ਉਹਨਾਂ ਨੂੰ ਵੀ ਇਹ ਪ੍ਰੇਰਿਤ ਕਰਦੇ ਰਹਿੰਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਕਿ ਉਹ ਵੱਧ ਤੋਂ ਵੱਧ ਅੰਮ੍ਰਿਤਸਰ 에어ਪੋਰਟ ਤੇ ਉਤਰਨ ਔਰ ਅੰਮ੍ਰਿਤਸਰ 에어ਪੋਰਟ ਨੂੰ ਯੂਜ਼ ਕਰਨ ਤਾਂ ਔਰ ਇਹਦੀ ਜੋ ਇੱਕ ਮਹਾਨਤਾ ਹੈ ਇਸ ਪਵਿੱਤਰ ਗੁਰੂ ਆਮਦਾਸੀ ਦੀ ਨਗਰੀ ਦੀ ਉਹ ਸਾਰੀ ਦੁਨੀਆ ਦੇ ਵਿੱਚ ਹੋਰ ਵੀ ਜੋ ਸਾਡੇ ਖਾਲਸਾ ਕਾਲਜ ਦੇ ਅਲੂਮਨੀ ਨੇ ਉਹ ਸਮੇਂ-ਸਮੇਂ ਤੇ ਪਹੁੰਚਾਉਂਦੇ ਨੇ ਔਰ ਇਹਦੇ ਨਾਲ ਹੀ ਜਿਹੜਾ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਡਾਕਟਰ ਦਵਿੰਦਰ ਸਿੰਘ ਜੀ ਸ਼ੀਨਾ ਔਰ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਉਹ ਸਮੇਂ-ਸਮੇਂ ਤੇ ਜੋ ਖਾਲਸਾ ਕਾਲਜ ਦੇ ਵਿੱਚ ਲਿਆਉਂਦੇ ਨੇ ਆਪਣੇ ਇੰਟਰਨੈਸ਼ਨਲ ਕਲਚਰਲ ਐਕਸਚੇਂਜ ਪ੍ਰੋਗਰਾਮਸ ਜਿਨ੍ਹਾਂ ਦੇ ਤਹਿਤ ਪੂਰੇ ਵਰਲਡ ਦੇ ਵੱਖ-ਵੱਖ ਕੰਟੀਨੈਂਟ ਤੋਂ ਔਰ ਦੂਰ ਦਰਾਡੇ ਦੇ ਕੰਟੀਨੈਂਟ ਜਿਨੂੰ ਆਪਾਂ ਕਹਿੰਿਆ ਸਾਊਥ ਅਮਰੀਕਾ ਤੋਂ ਕੋਸਟਾ ਰਿਕਾ ਕੋਲੰਬੀਆ ਜਾਂ ਜਿਹੜਾ ਆਪਣਾ ਮੈਕਸੀਕੋ ਆ ਉਸ ਉਹਨਾਂ ਦੇਸ਼ਾਂ ਤੋਂ ਜਿਹੜੇ ਕਲਚਰਲ ਐਕਸਚੇਂਜ ਦੇ ਪ੍ਰੋਗਰਾਮ ਹੁੰਦੇ ਨੇ ਔਰ ਜਿਹੜੇ ਡੈਲੀਗੇਟਸ ਆਉਂਦੇ ਨੇ ਔਰ ਦੂਸਰੇ ਪ੍ਰੋਗਰਾਮ ਵੀ ਜਿਹੜੇ ਇੱਥੇ ਆਰਗੇਨਾਈਜ਼ ਕੀਤੇ ਜਾਂਦੇ ਨੇ ਲੁਮਨਾਈ ਵੱਲੋਂ ਉਹਨਾਂ ਦੇ ਵਿੱਚ ਆਉਂਦੇ ਨੇ ਉਹਨਾਂ ਦੀ ਇਹ ਪਹਿਲ ਹੁੰਦੀ ਆ ਉਹਨਾਂ ਦੀ ਇਹ ਮਨਪਸੰਦ 에어ਪੋਰਟ ਜਿਹੜੀ ਆ ਉਹ ਅੰਮ੍ਰਿਤਸਰ 에어ਪੋਰਟ ਆ ਉਹ ਚਾਹੁੰਦੇ ਨੇ ਕਿ ਅਸੀਂ ਅੰਮ੍ਰਿਤਸਰ ਹੀ ਉਤਰਈਏ ਸਿੱਧੇ ਪਰੰਤੂ ਫਲਾਈਟਾਂ ਦੀ ਕਮੀ ਕਰਕੇ ਜਾਂ ਡਾਇਰੈਕਟ ਕਨੈਕਸ਼ਨ ਨਾ ਹੋਣ ਕਰਕੇ ਉਹਨਾਂ ਨੂੰ ਦਿੱਲੀ ਜਾਂ ਹੋਰ ਦੂਸਰੇ 에어ਪੋਰਟਸ ਤੇ ਉਤਰਨਾ ਪੈਂਦਾ ਤਾਂ ਪਰ ਉਹ ਚਾਹੁੰਦੇ ਨੇ ਕਿ ਸਾਡੀ ਪ੍ਰੈਫਰਡ ਜਿਹੜੀ 에어ਪੋਰਟ ਆ ਉਹ ਡੈਸਟੀਨੇਸ਼ਨ ਜਿਹੜੀ ਆ ਦਾ ਲੈਂਡ ਕਰਨ ਦਾ ਅੰਮ੍ਰਿਤਸਰ ਹੋਵੇ ਸੋ ਸਰਦਾਰ ਨਸਮੀਬ ਸਿੰਘ ਜੀ ਗੁਮਟਾਲਾ ਸਾਹਿਬ ਇਸ ਪਾਸੇ ਵੀ ਬਹੁਤ ਯਤਨਸ਼ੀਲ ਨੇ ਕਿ ਆਪਣੇ ਇਸ ਜੋ ਸਾਡਾ ਵਿਰਾਸਤੀ ਸ਼ਹਿਰ ਹੈ ਮਹਾਨ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਵਸਾਈ ਹੋਈ ਨਗਰੀ ਉਹਦੇ ਵਿੱਚ ਜੋ ਇਤਿਹਾਸਕ ਸਾਡਾ ਖਾਲਸਾ ਕਲਜਾ ਉਹਨੂੰ ਸਾਹਮਣੇ ਰੱਖਦੇ ਹੋਏ ਉਹਦੇ ਵਿਦਿਆਰਥੀ ਹੁੰਦੇ ਹੋਏ ਔਰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜਿਹੜਾ ਕਿ ਚਲਾ ਰਹੇ ਨੇ ਉਹਦੇ ਤਹਿਤ ਇਹ ਜਿਹੜੇ ਸਾਡੇ ਇੰਟਰਨੈਸ਼ਨਲ ਕਲਚਰਲ ਐਕਸਚੇਂਜ ਪ੍ਰੋਗਰਾਮਸ ਨੇ ਜਿਹੜੇ ਅਲੂਮਨੀਆਈ ਐਸੋਸੀਏਸ਼ਨ ਨਾਲੋਂ ਖਾਲਸਾ ਕੋ ਲਈ ਗਰਨਿੰਗ ਕਾਉਂਸਲ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਰਹਿਨਮਾਈ ਚੌਰ ਪੰਜਾਬ ਕਲਚਰਲ ਪ੍ਰਮੋਸ਼ਨ ਕਾਉਂਸਲ ਦੀ ਜੀ ਦੇ ਸਹਿਯੋਗ ਦੇ ਨਾਲ ਚਲਾਏ ਜਾਂਦੇ ਨੇ ਸੋ ਇਹ ਸਾਰਿਆਂ ਦੀ ਇੱਕ ਦਿਲੀ ਇੱਛਾ ਹੈ ਕਿ ਵੱਧ ਤੋਂ ਵੱਧ ਫਲਾਈਟਸ ਜਿਹੜੀਆਂ ਅੰਬਸਰ ਉਤਰਨ ਔਰ ਇਹ ਜਿਹੜੇ ਕਲਚਰਲ ਐਕਸਚੇਂਜ ਦੇ ਜਿਹੜੇ ਸਾਡੇ ਡੈਲੀਗੇਟਸ ਨੇ ਅੰਬਸਰ ਉਤਰਨ ਔਰ ਉਹਨਾਂ ਨੂੰ ਇੱਥੇ ਹੋਰ ਜਿਹੜੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਇਹ ਇੱਕ ਪ੍ਰਿਫਰਡ ਡੈਸਟੀਨੇਸ਼ਨ ਬਣੇ ਔਰ ਇਸ ਮਾਮਲੇ ਦੇ ਵਿੱਚ ਸਾਡੇ ਗੁੰਟਾਲਾ ਸਾਹਿਬ ਬਹੁਤ ਵਧੀਆ ਇਨੀਸ਼ੀਏਟਿਵ ਚਲਾ ਰਹੇ ਨੇ ਅਸੀਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਨੇ ਆਂ ਔਰ ਅਰਦਾਸ ਕਰਦੇ ਆਂ ਕਿ ਇਸ ਆਪਣੀ ਮੁਹਿੰਮ ਦੇ ਵਿੱਚ ਸਫਲ ਹੋਣ ਇਹਦੇ ਨਾਲ ਨਾਲ ਜਿਹੜੀ ਅੰਮ੍ਰਿਤਸਰ 에ਅਰਪੋਰਟ ਤੋਂ ਸਿਰਫ ਇੱਕ ਇੱਕ ਯਾਤਰੀ ਹਵਾਈ ਅੱਡਾ ਨਹੀਂ ਆ ਇਸ ਨੂੰ ਜੋ ਸਾਡੇ ਖਾਲਸਾ ਕਾਲਜ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜੋ ਅਲੂਮਨੀਜ਼ ਨੇ ਸਾਡੇ ਵੱਖ-ਵੱਖ ਕਮਾਕਾਰਾਂ ਦੇ ਚੋਣਾਂ ਚੋਂ ਬਾਹਰ ਜਾ ਕੇ ਵੀ ਔਰ ਇੱਥੇ ਦੇਸ਼ ਵਿੱਚ ਵੀ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਬਹੁਤ ਸਾਰੀ ਜਿਹੜੀ ਸਾਡੀ ਕ੍ਰੌਪ ਆ ਜਾਂ ਪ੍ਰੋਡਿਊਸ ਆ ਉਸ ਨੂੰ ਐਕਸਪੋਰਟ ਕਰਨਾ ਚਾਹੁੰਦੇ ਨੇ ਤੇ ਅੰਮ੍ਰਿਤਸਰ 에ਰਪੋਰਟ ਜਿਹੜੀ ਆ ਇੱਕ ਕਿਉਂਕਿ ਇੱਥੇ ਕਾਰਗੋ ਸੈਂਟਰ ਹੈ ਤੇ ਕਾਰਗੋ ਬਣਿਆ ਹੋਇਆ ਪਰੰਤੂ ਬਹੁਤ ਘੱਟ ਮਾਤਰਾ ਦੇ ਵਿੱਚ ਜਿਹੜੀ ਆ ਕਾਰਗੋ ਸਾਡੇ ਇੱਥੋਂ ਜੜਿਆ ਉਹ ਵਕ-ਵਕ ਜਿਹੜੇ ਦੇਸ਼ਾਂ ਨੂੰ ਉਹ ਜਾਂਦੇ ਨੇ ਤੇ ਬਹੁਤ ਸਾਰੇ ਜਿਹੜੇ ਆਪਣਾ ਸਾਡੇ ਇਹ ਜਿਹੜੇ ਸਾਡੇ ਲੁਮਨੀ ਨੇ ਜਾਂ ਸਾਡੇ ਪੰਜਾਬ ਦੇ ਫਾਰਮਰਸ ਨੇ ਬੇਸਿਕਲੀ ਕਿਉਂਕਿ ਅਸੀਂ ਖੇਤੀਬਾੜੀ ਦੇ ਵਿੱਚ ਵੀ ਕੰਮ ਕਰਦੇ ਆਂ ਔਰ ਸਰਦਾਰ ਗੁਮਟਾਲਾ ਸਾਹਿਬ ਨਾਲ ਇਸ ਮਾਮਲੇ ਦੇ ਉੱਤੇ ਗੱਲਬਾਤ ਹੁੰਦੀ ਰਹਿੰਦੀ ਆ ਔਰ ਇਹਨਾਂ ਨੂੰ ਅਸੀਂ ਕਹਿੰਦੇ ਰਹਿੰਦੇ ਆ ਕਿ ਤੁਸੀਂ ਇਸ ਗੱਲ ਵਾਸਤੇ ਵੀ ਜਿਹੜਾ ਉਹ ਇਨੀਸ਼ੀਏਟਿਵ ਨੂੰ ਥੋੜਾ ਜਿਆਦਾ ਹੋਰ ਅੱਗੇ ਲੈ ਕੇ ਜਾਓ ਕਿ ਜਿਹੜੀ ਸਾਡੀ ਪੰਜਾਬ ਦੀ ਕ੍ਰੋਪਸ ਨੇ ਜਿਹੜੀ ਤਾਜ਼ੀਆਂ ਫਲ ਤੇ ਸਬਜ਼ੀਆਂ ਨੇ ਮੌਸਮੀ ਜਾਂ ਜਿਹੜੇ ਸਾਡੇ ਪ੍ਰੋਸੈਸਡ ਫੂਡ ਆਈਟਮਸ ਨੇ ਖੇਤੀ ਪ੍ਰਧਾਨ ਸੂਬਾ ਹੁੰਦੇ ਨਾਤੇ ਇਹ ਵੱਤੋਂ ਵੱਧ ਕਾਰਗੋ ਰਾਈ ਵਿਦੇਸ਼ੀ ਮਾਰਕੀਟ ਦੇ ਵਿੱਚ ਜਾਣ ਤਾਂ ਕਿ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਜਾਂ ਸਾਡੇ ਪੰਜਾਬ ਦੇ ਫਾਰਮਰਸ ਨੂੰ ਜਿਹੜਾ ਉਹਦਾ ਅੰਮ੍ਰਿਤਸਰ 에ਅਰਪੋਰਟ ਦਾ ਵੱਤੋਂ ਵੱਧ ਫਾਇਦਾ ਮਿਲ ਸਕੇ ਜਿਸ ਤਰ੍ਹਾਂ ਦੇਸ਼ ਦੀਆਂ ਦੂਸਰੀਆਂ 에ਅਰਪੋਰਟਸ ਨੂੰ ਮਿਲ ਰਿਹਾ ਬਹੁਤ ਬਹੁਤ ਧੰਨਵਾਦ